और की मेरिया दिन बस यार हुण तां बुरी हाल आ। क्यों की हो गया? कंपनी ना बंदे कड्डी जा रही आ, कहंदे सानू कुछ बचदा नहीं। कल भी दो मुंडे कड़ते, एक मुंडा अज कड़ता। ओ नहीं नहीं टेंशन ना लो, कुछ नहीं हुंदा। ओ यार बहुत औखा हो जांदा, तेरे सामने 25,000 सैलरी आ, पिछले महीने मैं गड्डी दा पंगा लै बैठा, बाकी दुध दा खर्चा, घर दा बिल, मैनूं तां टेंशन होईयां पईयां वी किवें मैनेज करूंगा सारा कुछ। बाकी थोड़ी मोटी शॉपिंग तेरी भी जरूरी आ। कोई नहीं टेंशन ना लो, सारा कुछ हो जूगा। तुसीं चेंज कर लो, मैं रोटी बनाउनी आ। चल ला रोटी। ਕੀ ਗੱਲ ਅੱਜ ਤੁਸੀਂ ਰੋਟੀ ਨਹੀਂ ਖਾਧੀ? ਉਹ ਬਸ ਯਾਰ ਜਿਹਦਾ ਡਰ ਤੇ ਉਹੀ ਹੋ ਗਿਆ। ਕੀ ਹੋ ਗਿਆ? ਕੰਪਨੀ ਵਾਲਿਆਂ ਨੇ ਮੈਨੂੰ ਜਵਾਬ ਦਿੱਤਾ। ਉਹ ਹੋਏ ਤਾਂ ਬਹੁਤ ਮਾੜਾ ਹੋ ਗਿਆ। ਹੁਣ ਫਿਰ ਉਹ ਕਹਿੰਦੇ ਜਦ ਤੱਕ ਕੰਪਨੀ ਓਪਨ ਨਹੀਂ ਹੁੰਦੀ ਜਦ ਤੱਕ ਛੁੱਟੀ ਤੋਂ ਸਾਰੇ, ਹੁਣ ਕੀ ਪਤਾ ਸਾਲ ਨਾ ਬੁਲਾਉਣਾ ਬੁਲਾਉਣਾ ਮਹੀਨਾ ਨਾ ਬੁਲਾਉਣਾ। ਉਹ ਤਾਂ ਮਾੜਾ ਹੋਇਆ ਯਾਰ। ਚੱਲ ਤੁਸੀਂ ਜ਼ਿਆਦਾ ਸੋਚੋ ਨਾ, ਆ ਜਾਓ ਮੈਂ ਰੋਟੀ ਬਣਾਉਣੀ ਆ, ਰੋਟੀ ਖਾ ਲਓ। ਚੱਲ ਕੀ ਸੋਚੀ ਜਾਂਦੇ ਹੋ, ਚਾਹ ਤਾਂ ਪੀ ਲਓ। ਯਾਰ ਮੈਂ ਤਾਂ ਇਹ ਸੋਚ ਰਿਹਾ, ਅੱਜ ਮੈਨੂੰ ਪੂਰੇ 10 ਦਿਨ ਹੋ ਗਏ ਘਰੇ ਬੈਠੇ ਨੂੰ। ਕਿੰਨੇ ਥਾਵਾਂ ਮੈਂ ਇੰਟਰਵਿਊ ਦਿਆ ਆ, ਕਿਸੇ ਦੀ ਕੋਈ ਕਾਲ ਨਹੀਂ ਆਈ। ਮੈਨੂੰ ਤਾਂ ਇਹ ਸੋਚ ਪਈ ਵੀ ਅਗਲਾ ਮਹੀਨਾ ਮੇਰਾ ਕਿਵੇਂ ਲੰਘੂਗਾ। ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਦੁੱਧ ਵਾਲੇ ਦਾ 3 ਵਾਰੀ ਫੋਨ ਆ ਵੀ ਗਿਆ। ਬਹੁਤ ਸੋਚ ਪੈ ਰਹੀ ਆ ਮੈਨੂੰ ਤਾਂ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਜੌਬ ਕਰ ਲਾਂ, ਮੈਂ ਵੀ ਤਾਂ ਬੀਕੌਮ ਕੀਤੀ ਆ, ਮੈਨੂੰ ਆਸਾਨੀ ਨਾਲ ਕਿਤੇ ਨਾ ਕਿਤੇ ਜੌਬ ਮਿਲ ਜੂਗੀ। ਨਹੀਂ ਯਾਰ ਤੈਨੂੰ ਕੋਈ ਲੋੜ ਨਹੀਂ ਜੌਬ ਕਰਨ ਦੀ, ਮੈਂ ਆਪੇ ਹੀਲਾ ਕਰੂੰ ਕਿਤੇ ਨਾ ਕਿਤੇ। ਕੋਈ ਗੱਲ ਨਹੀਂ, ਜਦ ਤੁਹਾਨੂੰ ਜੌਬ ਮਿਲ ਗਈ ਮੈਂ ਛੱਡ ਦੂੰਗੀ, ਉਨਾ ਟਾਈਮ ਮੈਂ ਕਰ ਲੈਂਦੀ ਹਾਂ। ਮੈਨੂੰ ਆਸਾਨੀ ਨਾਲ ਕਿਸੇ ਪ੍ਰਾਈਵੇਟ ਬੈਂਕ ਦੇ ਵਿੱਚ ਆਰਾਮ ਨਾਲ ਜੌਬ ਮਿਲ ਜਾਣੀ ਆ। ਉਹ ਨਹੀਂ ਯਾਰ, ਲੋਕ ਕੀ ਕਹਿਣਗੇ ਵੀ ਇੱਕ ਜਨਾਨੀ ਦੇ ਸਿਰ 'ਤੇ ਘਰ 'ਤੇ ਚਲਾ ਰਿਹਾ। ਯਾਰ ਲੋਕਾਂ ਦੀ ਟੈਨਸ਼ਨ ਲੈਣ ਦੀ ਕੀ ਲੋੜ ਹੈ, ਆਪਾਂ ਆਪਣਾ ਵੇਖਦੇ ਹਾਂ। ਚੱਲ ਜਿਵੇਂ ਤੈਨੂੰ ਠੀਕ ਲੱਗਦਾ। ਚਲੋ ਠੀਕ ਹੈ ਫਿਰ, ਮੈਂ ਕੱਲ੍ਹ ਹੀ ਜਾ ਕੇ ਆਉਂਦੀ ਹਾਂ। चलो तुसीं बैठो फिर, मैं थोड़े लिए रोटी बना दा। ਆਹ ਬਾਤਾਂ ਨੇ, ਸ਼ੋਪਿੰਗਾਂ ਬੜੀਆਂ ਹੋ ਰਹੀਆਂ ਨੇ, ਜੁੱਤੀਆਂ ਹੈ। ਹੋਰ ਮੈਂ ਸੋਚ ਆਪਣੇ ਲਈ ਜੁੱਤੀਆਂ ਲੈ ਆਵਾਂ। ਅੱਛਾ ਮੇਰੇ ਲਈ ਵੀ ਲਿਆਇਓ ਕੁਛ। ਨਹੀਂ ਨਹੀਂ ਆਪਣੇ ਲਈ ਲੈ ਕੇ ਆਈ ਆ ਬਸ। ਯਾਸ ਯਾਰ ਪਰਲੀ ਤਾਂ ਲੈ ਵੀ ਕਿੰਨੀਆਂ ਜੁੱਤੀਆਂ ਨੇ। ਯਾਰ ਮੈਂ ਤੁਹਾਡੇ ਤੋਂ ਪੈਸੇ ਮੰਗੇ ਸੀ, ਆਪਣੇ ਪੈਸਿਆਂ ਦੀ ਲੈ ਕੇ ਆਈ ਆ, ਫਿਰ ਕੀ ਹੋ ਗਿਆ ਜੇ ਲੈ ਆਈ? ਨਾਲੇ ਯਾਰ ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਲੈ ਕੇ ਆਵਾਂ, ਹੁਣ ਬੰਦਾ ਆਪਣੀ ਖੁਸ਼ੀ ਲਈ ਇੰਨਾ ਕੁ ਵੀ ਨਹੀਂ ਕਰ ਸਕਦਾ। ਕਰ ਸਕਦਾ, ਜ਼ਰੂਰ ਕਰ ਸਕਦਾ, ਪਰ ਮੈਂ ਤਾਂ ਤੈਨੂੰ ਇਹ ਕਹਿ ਰਿਹਾ ਘੱਟੋ ਘੱਟ ਥੋੜ੍ਹੇ ਮੋਟੇ ਤਾਂ ਪੈਸੇ ਸੇਵ ਕਰ। ਅਗਲੇ ਮਹੀਨੇ ਦਾ ਆਪਾਂ ਰਾਸ਼ਨ ਕਿੱਥੋਂ ਲੈ ਕੇ ਆਵਾਂਗੇ? ਬਿਜਲੀ ਦਾ ਬਿੱਲ ਯਾਰ, ਦੁੱਧ ਵਾਲੇ ਨੂੰ ਪੈਸੇ ਦੇਣੇ ਨੇ। ਯਾਰ ਮੈਂ ਠੇਕਾ ਨਹੀਂ ਲੈਤਾ ਬਿਜਲੀ ਦੇ ਬਿੱਲ ਤੇ ਰਾਸ਼ਨ ਦਾ, ਮੈਨੂੰ ਕੁਝ ਨਹੀਂ ਪਤਾ। ਫਿਰ ਮੈਂ ਠੇਕਾ ਲਿੱਤਾ ਸੀ ਯਾਰ, ਜਦੋਂ ਮੈਂ ਕਮਾਉਂਦਾ ਸੀ ਮੈਂ ਤਾਂ ਤੇਰੇ ਲਈ ਪਹਿਲਾਂ ਸੋਚਦਾ ਸੀ, ਘਰ ਦਾ ਸੌਦਾ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਮੇਰੀ ਤਾਂ ਸਾਰੀ ਸੈਲਰੀ ਇੱਦਾਂ ਨਿਕਲ ਜਾਂਦੀ, ਫਿਰ ਵੀ ਮੈਂ ਕੁਛ ਨਾ ਕੁਛ ਤੇਰੇ ਲਈ ਸ਼ੋਪਿੰਗ ਕਰਕੇ ਲੈ ਆਉਂਦਾ ਸੀ। ਅੱਜ ਤੂੰ ਆਪਣੇ ਲਈ ਬੈਗ ਭਰ ਲੈ ਕੇ ਆ ਰਹੀ ਆ, ਹੱਦ ਆ ਯਾਰ, ਇਹੀ ਫਰਕ ਆ। ਜਸ ਮੈਂ ਤੈਨੂੰ ਤਾਂ ਹੀ ਸਮਝਾਉਂਦਾ ਤੂੰ ਨਾ ਜੌਬ ਕਰ, ਅੱਜ ਤੂੰ ਸੈਲਫਿਸ਼ ਹੋ ਗਈ। ਇੱਕ ਜਦੋਂ ਜਨਾਨੀ ਕਮਾਉਂਦੀ ਆ ਨਾ ਉਹ ਖੁਦ ਲਈ ਸੋਚਦੀ ਆ, ਜਦੋਂ ਇੱਕ ਬੰਦਾ ਕਮਾਉਂਦਾ ਉਹ ਸਾਰੇ ਪਰਿਵਾਰ ਲਈ ਸੋਚਦਾ। ਅੱਜ ਤੂੰ ਆਪਣੇ ਲਈ ਸ਼ੋਪਿੰਗ ਕਰ ਰਹੀ ਆ। ਹਾਂਜੀ ਬਾਈ, ਕਿਵੇਂ ਲੱਗੀ ਵੀਡੀਓ? ਉਮੀਦ ਕਰਦਾ ਵਧੀਆ ਲੱਗੀ ਹੋਊ, ਜੇ ਵਧੀਆ ਲੱਗੀ ਆ ਤਾਂ ਇਹਨੂੰ ਸ਼ੇਅਰ ਕਰੋ, ਕਮੈਂਟ ਕਰਿਓ। ਬਾਈ ਇੱਦਾਂ ਦੇ ਕਨਸੈਪਟ ਅਸੀਂ ਅੱਗੇ ਵੀ ਲਿਆਉਂਦੇ ਰਹਾਂਗੇ, ਸਾਡੀ ਸਪੋਰਟ ਕਰੋ, ਸ਼ੇਅਰ ਕਰੋ ਯਾਰ, ਲਾਈਕ ਕਰੋ ਸਾਰੇ ਜਣੇ ਵੱਧ ਤੋਂ ਵੱਧ। ਬਸ ਬਾਈ ਜਿਵੇਂ ਤੁਹਾਨੂੰ ਕਹਿ ਰਿਹਾ ਕਣ ਕਰੋ, ਫਿਰ ਖਰਚ ਦੋ ਕੰਮ ਨੂੰ, ਸਾਡੇ ਯੂਟਿਊਬ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਵੀ ਸਾਡੇ ਨੂੰ ਕਰ ਲਓ। ਬਹੁਤ ਸਪੋਰਟ ਦੀ ਲੋੜ ਆ, ਨਵਾਂ ਚੈਨਲ ਆ ਬਾਈ ਸਾਡਾ ਹਜੇ ਦੀਪੇ ਦਾ, ਸਪੋਰਟ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ? ਉਮੀਦ ਕਰਦਾ ਵਧੀਆ ਲੱਗੀ ਹੋਊਗੀ। ਵਧੀਆ ਲੱਗੀ ਹੈ ਤਾਂ ਇਸਨੂੰ ਸ਼ੇਅਰ ਕਰਨਾ ਹੈ ਜ਼ਿਆਦਾ ਤੋਂ ਜ਼ਿਆਦਾ, ਅਤੇ ਕਮੈਂਟ ਕਰਕੇ ਦੱਸਣਾ ਜ਼ਰੂਰ ਆ ਕਿਵੇਂ ਲੱਗੀ ਤੁਹਾਨੂੰ ਵੀਡੀਓ ਇਹ। ਅਤੇ ਦੂਜੇ ਨੰਬਰ 'ਤੇ ਜਿਹੜੇ ਸਟੂਡੈਂਟਸ UK ਜਾਣਾ ਚਾਹੁੰਦੇ ਨੇ ਉਹਨਾਂ ਲਈ ਇਹ ਸਭ ਤੋਂ ਵਧੀਆ ਟਾਈਮ ਆ, ਸੁਨਹਿਰੀ ਟਾਈਮ ਆ ਇਹ, ਇਸਨੂੰ ਮਿਸ ਨਾ ਕਰੋ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਸੀਟਸ ਨੇ ਜਿਹੜੀਆਂ ਉਹ ਲਿਮਿਟਡ ਰਹਿ ਗਈਆਂ ਨੇ। ਜਲਦੀ ਤੋਂ ਜਲਦੀ ਤੁਸੀਂ ਆਪਣਾ ਆਫਰ ਲੈਟਰ ਅਪਲਾਈ ਕਰੋ,
इंतहा जिहड़े स्टूडेंट्स ने अपनी प्लस टू 2012 दे विच कीती आ 13 दे विच कीती आ या उस तो बाद 2020 तक जिन्हां ने अपनी प्लस टू कीती हुई आ उह वी यूके जा सकदे ने मास्टर प्रोग्राम लई। सो जिन्हां दा बैंड स्कोर 54 ओवरऑल नॉट लैस दैन 51 आ ते आईलेट्स च जिहड़ा बैंड स्कोर आ उह 6 आ ओवरऑल ते नॉट लैस दैन 5.5 आ, तुसीं सारे यूके लई एलीजिबल हो। अपना जल्दी तो जल्दी ऑफर लैटर अप्लाई करो तां कि तुहानूं जल्दी तो जल्दी कैश लैटर मंगवा के दईए आपां ते जल्दी तो जल्दी थोड़ा यूके जाने का जिहड़ा सुपना है वह पूरा करके दईए। सो वीडियो नूं ज़्यादा तो ज़्यादा शेयर करना है ते जिन्हां ने यूके जाना है वह नीचे दिते गए नंबरां ते मेरे नाल कंटैक्ट करन ते अपनी क्वायरी आ जिहड़ी अपनी फाइल दे अकॉर्डिंग वह लै सकदे ने हेठां दिते गए नंबरां ते। सत श्री अकाल जी।